ਕਿ ਜਿੱਥੋਂ ਸ਼ਹਿਰ ਸ਼ਹਿਰਾਂ ਦਾ ਪੁੱਲ ਚੱਲਿਆ ਉਹ ਪਰਮਾਤਮਾ ਵਾਹਿਗੁਰੂ ਦੇ ਕਰਮ ਤੋਂ ਪੁੱਲ ਚੱਲਿਆ, ਕਿਉਂਕਿ ਸ੍ਰਿਸ਼ਟੀ ਦੇ ਉੱਤੇ ਸਭ ਤੋਂ ਪਹਿਲੇ ਇੰਗਲਿਸ਼ ਦੇ ਵਿੱਚ ਆਪਾਂ ਸ਼ਾਇਦ ਕਵਾਂਗੇ, ਰਾਈਟਰ ਕਵਾਂਗੇ, ਕਲਮ ਦੀ ਦਾਤਾ ਕਵਾਂਗੇ, ਉਹ ਵਾਹਿਗੁਰੂ ਮਹਾਰਾਜ ਨੂੰ ਕਹਿੰਦੇ ਆਪਾਂ। ਪਰ ਕਈ ਲੋਕ ਇਹ ਕਹਿੰਦੇ ਆ ਕਿ ਸ਼ਿਵ ਕੁਮਾਰ ਬਟਾਲਵੀ ਤੋਂ ਵੱਡਾ ਸ਼ਾਇਦ ਕੋਈ ਨਹੀਂ ਹੋਇਆ। ਜੇਕਰ ਮੈਂ ਤੁਲਨਾ ਵਾਹਿਗੁਰੂ ਮਹਾਰਾਜ ਨਾਲ ਕਰਾਂ ਉਸ ਬੰਦੇ ਦੀ, ਤਾਂ ਮੇਰਾ ਖਿਆਲ ਮੇਰੇ ਲਈ ਬਹੁਤ ਘਟੀਆ ਗੱਲ ਹੋਏਗੀ। ਪਰ ਜਿੱਥੋਂ ਤੱਕ ਦੁਨਿਆਵੀ ਤੌਰ 'ਤੇ ਜੇ ਕਲਮ ਦੀ ਗੱਲ ਕਰਾਂ ਮੈਂ, ਜਿਹੜੇ ਲੋਕ ਇਹ ਕਹਿੰਦੇ ਆ ਕਿ ਸ਼ਿਵ ਕੁਮਾਰ ਬਟਾਲਵੀ ਤੋਂ ਵੱਡਾ ਸ਼ਾਇਦ ਕੋਈ ਨਹੀਂ ਹੋਇਆ, ਇਹ ਮੈਂ ਫਖਰ ਨਾਲ ਕਹਿੰਦਾ ਕਿ ਰਕੇਸ਼ ਸ਼ਾਹੀ ਤੋਂ ਵੱਡਾ ਸ਼ਾਇਦ ਕੋਈ ਨਹੀਂ ਹੈ। ਕਿਉਂਕਿ ਰਕੇਸ਼ ਸ਼ਾਹੀ ਜੀ ਦੀ ਕਲਮ ਤੋਂ ਇਹੋ ਜਿਹੇ ਭਜਨ ਸਾਡੇ ਸਾਹਮਣੇ ਆਏ, ਸਾਨੂੰ ਸੁਣਨ ਮਿਲੇ ਅਤੇ ਗ੍ਰਹਿਣ ਕਰਨ ਲਈ ਮਿਲੇ। ਮੇਰਾ ਖਿਆਲ ਸ਼ਾਇਦ ਵਾਲਮੀਕਨ ਸਮਾਜ ਦੇ ਵਿੱਚੋਂ ਪਹਿਲਾ ਐਸਾ ਕੋਈ ਸ਼ਾਇਰ ਹੋਏਗਾ ਜਿਹੜਾ ਇਹੋ ਜਿਹੀ ਕਲਮ ਦਾ ਦਾਤਾ ਹੈ। ਸੋ ਵੀਰ ਰਕੇਸ਼ ਰਾਏ ਜੀ ਲਈ ਮੈਂ ਇੱਕ ਗੱਲ ਕਹੂੰਗਾ ਕਿ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਅਰੇ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ, ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਰ ਪੈਦਾ। ਕਿਉਂਕਿ ਉਹ ਚਮਨ ਵਾਲਮੀਕਨ ਸਮਾਜ ਦਾ ਚਮਨ, ਉਹਦੇ ਵਿੱਚ ਜਦਾਵਰ ਪੈਦਾ ਹੋਇਆ ਸਿਰਫ ਤੋਂ ਸਿਰਫ ਰਕੇਸ਼ ਰਾਏ ਅਤੇ ਆਵਾਜ਼ ਦੇ ਧਨੀ ਤੁਹਾਡੇ ਸਾਹਮਣੇ ਰੂਬਰੂ ਤੁਹਾਡੇ ਭਜਨ ਕਰੀ ਰਹੇ ਆ ਰਕੇਸ਼ ਰਾਏ ਜੀ ਦੀ ਕਲਮ ਤੋਂ, ਜੇ ਪਵਨ ਦਰਾਵੜ ਜੀ। ਸੋ ਪਰਮਾਤਮਾ ਵਾਲਮੀਕਿ ਮਹਾਰਾਜ ਦੇ ਅੱਗੇ ਇਹ ਬੇਨਤੀ ਕਰੂੰਗਾ, ਅਰਦਾਸ ਕਰੂੰਗਾ, ਇਲਤਜਾ ਕਰੂੰਗਾ ਕਿ ਪਰਮਾਤਮਾ ਵਾਲਮੀਕਿ ਮਹਾਰਾਜ ਇਹਨਾਂ ਦੋਨੇ ਹੀਰਿਆਂ ਨੂੰ ਹੋਰ ਵੀ ਤਰੱਕੀ ਬਖਸ਼ੇ। ਜੈ ਮਾਤਾ ਦੀ। ਮਿਹਰਬਾਨੀ ਜੀ, ਬਾਬਾ ਜੀ ਬਹੁਤ ਬਹੁਤ ਧੰਨਵਾਦ।